ਹੈਲੋ ਸਟੂਡੈਂਟਸ ਵੈਲਕਮ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਇਸ ਆਪਣੇ ਚੈਨਲ ਸਟੱਡੀ ਪੁਆਇੰਟ 44 ਦੇ ਵਿੱਚ ਹਾਂਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਪੰਜਾਬ ਦੇ ਸਾਰੇ ਹੀ ਕੰਪੀਟੀਟਿਵ ਐਗਜ਼ਾਮ ਨੂੰ ਟਾਰਗੇਟ ਰੱਖਦੇ ਹੋਏ ਪੰਜਾਬ ਦੇ ਸਭਿਆਚਾਰ ਅਤੇ ਪੰਜਾਬ ਦੇ ਸਾਇੰਸ ਨਾਲ ਰਿਲੇਟਡ ਕੁਝ ਮਹੱਤਵਪੂਰਨ ਐਮਸੀਕਿਊ ਡਿਸਕਸ ਕਰਾਂਗੇ ਸੋ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਸਾਬਿਤ ਹੋਣ ਵਾਲੀ ਹੈ ਵੀਡੀਓ ਲਾਸਟ ਤੱਕ ਦੇਖਣਾ ਜਿਹੜੇ ਸਟੂਡੈਂਟ ਆਪਣੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹਨ ਤਾਂ ਪਲੀਜ਼ ਚਾਹਨਾ ਨੂੰ ਹੁਣੇ ਹੀ ਸਬਸਕ੍ਰਾਈਬ ਕਰਕੇ ਨਾਲ ਹੀ ਬੈਲ ਆਈਕਨ ਤੇ ਜਰੂਰ ਪ੍ਰੈਸ ਕਰ ਲਵੋ ਤਾਂ ਜੋ ਅੱਗੇ ਆਉਣ ਵਾਲੀਆਂ ਹਰੇਕ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ ਇਸ ਤਰ੍ਹਾਂ ਬਾਕਿ ਜੇਕਰ ਤੁਸੀਂ ਆਪਣੇ ਕੋਲ ਕੰਪਲੀਟ ਪੰਜਾਬ ਜੀਕੇ ਦੇ ਨੋਟਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਇਸ ਨੰਬਰ ਤੇ ਕਾਲ ਕਰ ਸਕਦੇ ਹੋ 95173 24 544 ਜਾਂ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜਾਂ WhatsApp ਦੇ ਥਰੂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਤਾਂ ਸਟੱਡੀ ਨੋਟਸ ਰਿਗਾਰਡਿੰਗ ਜਿਹੜੀ ਇਨਫੋਰਮੇਸ਼ਨ ਹੈ ਉਹ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਸੋ ਹੁਣ ਆਪਾਂ ਟਾਈਮ ਨੂੰ ਵੇਸ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਹਿਲਾ ਕੋਸ਼ਨ ਦਿੱਤਾ ਗਿਆ ਪੰਜਾਬ ਜਿਉਂਦਾ ਹੈ ਗੁਰੂਆਂ ਦੇ ਨਾਂ ਉੱਤੇ ਤਾਂ ਇਹ ਕਥਨ ਕਿਸ ਨੇ ਕਹਾ ਸੀ ਐਦਾਂ ਦੇ ਕੋਸ਼ਨ ਇਗਜ਼ਾਮ 'ਚ ਹੁਣ ਪੁੱਛੇ ਜਾ ਰਹੇ ਹਨ ਇਹ ਤੁਹਾਨੂੰ ਪਤਾ ਹੋਵੇਗਾ ਆਨਸਰ ਬਣੇਗਾ অপਸ਼ਨ ਨੰਬਰ ਹੈ ਯਾਨੀ ਕਿ ਪ੍ਰੋਫੈਸਰ ਪੂਰਨ ਸਿੰਘ। ਇਹ ਕਥਨ ਕਿਹਾ ਸੀਗਾ ਪ੍ਰੋਫੈਸਰ ਪੂਰਨ ਸਿੰਘ ਨੇ ਕਿ ਪੰਜਾਬ ਜਿਉਂਦਾ ਹੈ ਹੀ ਗੁਰੂਆਂ ਦੇ ਨਾਂ ਉੱਤੇ ਹੈ। ਨੈਕਸਟ ਐਗਜ਼ਾਮ 'ਚ ਇੱਕ ਕੁਐਸ਼ਨ ਬਣਦਾ ਹੈ ਕਿ ਪੰਜਾਬ ਦੀ ਆਵਾਜ਼ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਤੁਸੀਂ ਆਨਸਰ ਟਿਕ ਕਰਕੇ ਆਉਣਾ ਹੈ ਅਮਰਤਾ ਪ੍ਰੀਤਮ। ਪੰਜਾਬ ਦਾ ਸ਼ੈਕਸਪੀਅਰ ਕਿਸ ਨੂੰ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਵਾਰਿਸ ਸ਼ਾਹ। ਪੰਜਾਬੀ ਭਾਸ਼ਾ ਦਾ ਪਹਿਲਾ ਕਵੀ ਪੁੱਛਿਆ ਜਾਵੇ। ਤਾਂ ਫਿਰ ਵੀ ਤੁਸੀਂ ਆਨਸਰ ਟਿਕ ਕਰਕੇ ਆਉਣਾ ਹੈ ਬਾਬਾ ਫਰੀਦ ਹਾਂਜੀ ਪੰਜਾਬ ਦਾ ਜਿਹੜਾ ਸੈਤ ਆ ਤਾਂ ਉਹਦੀ ਸ਼ੁਰੂਆਤ ਵੀ ਬਾਬਾ ਫਰੀਦ ਤੋਂ ਮੰਨੀ ਜਾਂਦੀ ਹੈ ਇਹ ਵੀ ਗੱਲ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਜਿੱਕਰ ਤੁਹਾਡੇ ਕੋਲ ਐਦਾਂ ਕੁਸ਼ਨ ਪੁੱਛਿਆ ਜਾਵੇ ਕਿ ਬੇਰਾ ਦਾ ਸੁਲਤਾਨ ਬੇਰਾ ਦਾ ਸੁਲਤਾਨ ਕਿਸ ਨੂੰ ਕਿਹਾ ਜਾਂਦਾ ਤੁਸੀਂ ਆਨਸਰ ਟਿਕ ਕਰਕੇ ਆਉਣਾ ਹੈ ਸ਼ਿਵ ਕੁਮਾਰ ਬਟਾਲਵੀ ਐਂਡ ਇੱਕ ਹੋਰ ਕੁਸ਼ਨ ਮਾਰ ਸਕਦਾ ਆਪਣੇ ਪੰਜਾਬ ਦੇ ਪੇਪਰਾਂ ਦੇ ਵਿੱਚੋਂ ਕੀ ਪੰਜਾਬੀ ਨਾਵਲ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਫਿਰ ਤੁਸੀਂ ਆਨਸਰ ਟਿੱਕ ਕਰਕੇ ਆਉਣਾ ਹੈ ਨਾਨਕ ਸਿੰਘ ਪੰਜਾਬੀ ਨਾਟਕ ਅਤੇ ਪੰਜਾਬੀ ਇਕਾਂਗੀ ਦਾ ਪਿਤਾਮਾ ਕਿਹਾ ਜਾਂਦਾ ਹੈ ਈਸ਼ਵਰ ਚੰਦਰ ਨੰਦਾਨੂ ਸੋ ਜਿੰਨੇ ਵੀ ਤੁਹਾਨੂੰ ਮੈਂ ਪੁਆਇੰਟ ਦੱਸੇ ਹਨ ਇਹਨਾਂ ਨੂੰ ਤੁਸੀਂ ਨੋਟ ਜ਼ਰੂਰ ਕਰ ਲੈਣਾ ਹੁਣ ਆਪਾਂ ਨੈਕਸਟ ਮੂਵ ਕਰਦੇ ਹਾਂ ਕੋੜੀ ਚੜਨ ਤੋਂ ਪਹਿਲਾਂ ਮੁੰਡੇ ਨੂੰ ਸ਼ਰਮਾ ਕੌਣ ਪਾਉਂਦਾ ਹੈ ਠੀਕ ਹੈ ਐਦਾਂ ਦੇ ਕੁਸ਼ਨ ਐਗਜ਼ਾਮ 'ਚ ਜ਼ਰੂਰ ਬਣਦੇ ਹਨ ਸੋ ਤੁਹਾਨੂੰ ਤੁਸੀਂ ਧਿਆਨ ਵਿੱਚ ਰੱਖਣਾ ਹੈ ਵੈਸੇ ਤਾਂ ਪਤਾ ਹੋਵੇਗਾ ਤੁਹਾਨੂੰ ਏ ਬਿਲਕੁਲ ਸਹੀ ਆਨਸਰ ਬਣੇਗਾ ਪਰਜਾਈ ਯਾਨਕੀ ਭਾਬੀ ਕੋੜੀ ਚੜਨ ਤੋਂ ਪਹਿਲਾਂ ਮੁੰਡੇ ਨੂੰ ਸਰਮਾ ਕੌਣ ਪਾਉਂਦਾ ਹੈ ਤਾਂ ਆਨਸਰ ਤੁਸੀਂ ਟਿਕ ਕਰ ਗਿਆ ਹੋਣਾ ਹੈ ਪਰਜਾਈ ਏ ਬਿਲਕੁਲ ਸਹੀ ਆਨਸਰ ਹੋਵੇਗਾ ਲਗਭਗ ਪਿੰਡਾਂ ਦੇ ਜਿੰਨੇ ਵੀ ਵਿਦਿਆਰਥੀ ਹੁੰਦੇ ਨੇ ਉਹਨਾਂ ਨੂੰ ਇਸ ਕੁਐਸਚਨ ਦਾ ਆਨਸਰ ਜਰੂਰ ਪਤਾ ਹੋਵੇਗਾ ਪਰ ਜਿਹੜੇ ਸ਼ਹਿਰ ਵਾਲੇ ਵਿਦਿਆਰਥੀ ਹੁੰਦੇ ਹਨ ਉਹਨਾਂ ਨੂੰ ਇੰਨਾ ਬਾਰੇ ਇੰਨੀ ਜਾਣਕਾਰੀ ਨਹੀਂ ਹੁੰਦੀ ਸੋ ਜਿਹਨੂੰ ਨਹੀਂ ਪਤਾ ਸੀ ਸੋ ਪਲੀਜ਼ ਤੁਸੀਂ ਨੋਟ ਜ਼ਰੂਰ ਕਰ ਲੈਣਾ ਪਹਿਲੀ ਗੱਲ ਤੁਹਾਨੂੰ ਯਾਦ ਹੋ ਗਿਆ ਹੋਵੇਗਾ ਨੈਕਸਟ ਆਪਾਂ ਦੇਖਦੇ ਹਾਂ ਮਕਰ ਸੰਕਰਾਂਤੀ ਹੋਰ ਕਿਸ ਦਾ ਨਾਮ ਹੈ ਮਕਰ ਸੰਕਰਾਂਤੀ ਤਾਂ ਇਹਦਾ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਆਪਸ਼ਨ ਨੰਬਰ ਸੀ ਯਾਨੀ ਕਿ ਮੰਗੀ ਦਾ ਤਿਉਹਾਰ ਤੁਹਾਨੂੰ ਪਤਾ ਹੋਵੇਗਾ ਮੰਗੀ ਦਾ ਜਿਹੜਾ ਤਿਉਹਾਰ ਹੈ ਠੀਕ ਹੈ ਜਾਂ ਮੰਗੀ ਦਾ ਜਿਹੜਾ ਮੇਲਾ ਹੈ ਇਹ ਲੱਗਦਾ ਹੈ ਆਪਣੇ ਮੁਕਸਰ ਸਾਹਿਬ ਵਿਖੇ ਸ਼੍ਰੀ ਮੁਕਸਰ ਸਾਹਿਬ ਵਿਖੇ ਮੰਗੀ ਦਾ ਮੇਲਾ ਲੱਗਦਾ ਹੈ ਠੀਕ ਹੈ ਮਾਗ ਦੀ ਇੱਕ ਨੂੰ ਯਾਨੀ ਕਿ ਲੋੜੀ ਤੋਂ ਅਗਲੇ ਦਿਨ ਮੰਗੀ ਦਾ ਮੇਲਾ ਮਨਾਇਆ ਜਾਂਦਾ ਹੈ ਐਂਡ ਤਿੰਨ ਦਿਨ ਚੱਲਦਾ ਹੈ ਠੀਕ ਹੈ ਇਹ ਜਿਹੜਾ ਮੇਲਾ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਤ ਹੈ ਇਹ ਵੀ ਗੱਲ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤਾਂ ਇਸ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਤੁਸੀਂ ਆਨਸਰ ਟਿਕ ਕਰਕੇ ਆਉਣਾ ਹੈ ਮਕਰ ਸੰਕਰਾਂਤੀ ਵੀ ਕਿਹਾ ਜਾਂਦਾ ਹੈ ਮੰਗੀ ਦੇ ਤਿਉਹਾਰ ਨੂੰ ਜਾਂ ਮੰਗੀ ਦੇ ਮੇਲੇ ਨੂੰ ਇਸ ਤਰ੍ਹਾਂ ਵਿੱਚ ਕਰਪਾ ਲੋੜੀ ਦੇ ਤਿਉਹਾਰ ਦੀ ਗੱਲ ਕਰੀਏ ਤਾਂ ਲੋੜੀ ਜਿਹੜਾ ਤਿਉਹਾਰ ਹੈ ਇਹ ਪੋ ਦੇ ਆਖਰੀ ਦਿਨ ਮਨਾਇਆ ਜਾਂਦਾ ਹੈ ਪੋ ਦਾ ਆਖਰੀ ਦਿਨ ਠੀਕ ਹੈ ਪੋ ਦਾ ਆਖਰੀ ਦਿਨ ਜਿਹੜਾ ਵੀ ਹੋਵੇਗਾ ਉਸ ਦਿਨ ਲੋੜੀ ਹੋਵੇਗੀ ਇਸ ਗੱਲ ਦਾ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਨੈਕਸਟ ਟਾਪਰ ਦੇਖਦੇ ਹਾਂ ਜੀ ਜੇਕਰ ਵੀਡੀਓ ਹਾਰਫੁਲ ਲੱਗ ਰਹੀ ਤਾਂ ਪਲੀਜ਼ ਇੱਕ ਵਾਰ ਵੀਡੀਓ ਨੂੰ ਬਾਤ ਬਾਤ ਸ਼ੇਅਰ ਐਂਡ ਲਾਈਕ ਵੀ ਕਰ ਦਿਓ ਐਂਡ ਆਪਣਾ ਇੱਕ ਟੈਲੀਗ੍ਰਾਮ ਚੈਨਲ ਵੀ ਆ ਉਹਦੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਪ੍ਰੋਵਾਈਡ ਕੀਤੀ ہوئی ਹੈ ਉੱਥੇ ਤੁਸੀਂ ਵਿਜ਼ਿਟ ਕਰੋ ਉੱਥੇ ਤੁਹਾਨੂੰ ਕੁਝ ਪੀਡੀਐਫ ਵੀ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਹਨ ਐਂਡ ਕੁਇਜ਼ ਵੀ ਚਲਾਈ ਜਾਂਦੀ ਹੈ ਹਾਂਜੀ 4 ਨੰਬਰ ਆਪਣਾ ਕੁਸ਼ਨ ਹੈ ਕਿਹੜੇ ਤਿਉਹਾਰ ਵਿੱਚ ਵਿਆਹ ਨਹੀਂ ਕੀਤੇ ਜਾਂਦੇ ਤਾਂ ਇਹਦਾ ਜਿਹੜਾ ਕਰੈਕਟ ਆਨਸਰ ਬਣੇਗਾ ਉਹ ਬਣੇਗਾ ਸਰਦ ਸਰਾਧ ਜਦੋਂ ਹੁੰਦੇ ਹਨ ਤਾਂ ਉਸ ਟਾਈਮ ਵਿਆਹ ਨਹੀਂ ਕੀਤੇ ਜਾਂਦੇ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਏ ਬਿਲਕੁਲ ਸਹੀ ਆਨਸਰ ਬਣੇਗਾ ਬਾਕੀ ਜੇਕਰ ਆਪਾਂ ਸਰਦੀਆਂ ਦੀ ਗੱਲ ਕਰੀਏ ਤਾਂ ਸਰਦੀਆਂ ਦਾ ਜਿਹੜਾ ਪੋ ਮਹੀਨਾ ਹੈ ਪੋ ਮਹੀਨੇ ਵਿੱਚ ਜਿਹੜੇ ਵਿਆਹਨ ਬਹੁਤ ਘੱਟ ਹੁੰਦੇ ਹਨ ਮੱਗਰ ਵਿੱਚ ਸਭ ਤੋਂ ਵੱਧ ਵਿਆਹ ਕੀਤੇ ਜਾਂਦੇ ਹਨ ਠੀਕ ਹੈ ਮੱਗਰ ਮਹੀਨੇ ਦੇ ਵਿੱਚ ਇਹ ਵੀ ਗੱਲ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕੁੱਲ ਦੇਸੀ ਮਹੀਨਿਆਂ ਦੀ ਗਿਣਤੀ ਹੈ 12 ਠੀਕ ਹੈ ਚੇਤ ਤੋਂ ਸਟਾਰਟ ਹੁੰਦੇ ਹਨ ਚੇਤ ਤੋਂ ਐਟ ਲਾਸਟ ਮਹੀਨਾ ਹੁੰਦਾ ਫੱਗਣ ਠੀਕ ਹੈ ਨੈਕਸਟ ਆਪਾਂ ਮੂਵ ਕਰਦੇ ਹਾਂ ਹਾਂਜੀ ਪੋ ਦੇ ਅਖੀਰਲੇ ਦਿਨ ਨੂੰ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ ਇਸ ਕੁਸ਼ਣ ਦਾ ਆਨਸਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਆਨਸਰ ਟਿੱਕਾ ਕਰਨਾ ਤੁਸੀਂ ਲੋੜੀ ਪੋ ਦੇ ਅਖੀਰਲੇ ਦਿਨ ਨੂੰ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ ਲੋੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਪੀ ਬਿਲਕੁਲ ਸਹੀ ਆਨਸਰ ਬਣ ਜਾਵੇਗਾ ਆਪਸ਼ਨ ਨੰਬਰ ਬੀ ਦੁੱਲੇ ਪੱਠੀ ਦਾ ਜ਼ਿਕਰ ਜਿਹੜਾ ਉਹ ਵੀ ਲੋੜੀ ਦੇ ਗੀਤਾਂ ਵਿੱਚ ਆਉਂਦਾ ਹੈ ਠੀਕ ਹੈ ਨੈਕਸਟ ਆਪਾਂ ਦੇਖਦੇ ਹਾਂ ਹਾਂਜੀ ਨਰਾਤੇ ਖਤਮ ਹੋਣ ਤੋਂ ਬਾਅਦ ਕਿਹੜਾ ਤਿਉਹਾਰ ਆਉਂਦਾ ਹੈ ਹਾਂਜੀ ਜਦੋਂ ਨਰਾਤੇ ਜਿਹੜੇ ਨਰਾਤੇ ਹਨ ਜਾਂ ਖਤਮ ਹੋ ਜਾਂਦੇ ਹਨ ਤਾਂ ਉਸ ਤੋਂ ਬਾਅਦ ਜਿਹੜਾ ਤਿਉਹਾਰ ਆਉਂਦਾ ਉਹ ਆਉਂਦਾ ਦੁਸਹਿਰਾ ਬੀ ਬਿਲਕੁਲ ਸਹੀ ਆਨਸਰ ਬਣੇਗਾ ਦੁਸਹਿਰਾ ਮਨਾਇਆ ਜਾਂਦਾ ਹੈ ਬੀ ਇੱਥੇ ਕਰੈਕਟ ਆਨਸਰ ਬਣ ਜਾਵੇਗਾ ਤੀਆਂ ਦਾ ਜਿਹੜਾ ਤਿਉਹਾਰ ਹੈ ਤੀਆਂ ਦਾ ਤਿਉਹਾਰ ਠੀਕ ਹੈ ਇਹ ਮਨਾਇਆ ਜਾਂਦਾ ਹੈ ਸਾਵਣ ਦੇ ਮਹੀਨੇ ਵਿੱਚ ਕਦੋਂ ਸਾਵਣ ਦੇ ਮਹੀਨੇ ਦੇ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਹ ਵੀ ਗੱਲ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਨੈਕਸਟ ਆਪਾਂ ਦੇਖਦੇ ਹਾਂ ਨੁਰਾਤਿਆਂ ਵਿੱਚ ਸਾਂਝੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ ਐਂਡ ਦੁਸਹਿਰਾ ਜਿਹੜਾ ਅੱਸੂ ਦੇ ਮਹੀਨੇ ਵਿੱਚ ਆਉਂਦਾ ਹੈ ਐਂਡ ਕੱਤਕ ਦੇ ਮਹੀਨੇ ਵਿੱਚ ਦੀਵਾਲੀ ਹੁੰਦੀ ਹੈ ਜਿਵੇਂ ਕਿ ਹੁਣ ਦੀਵਾਲੀ ਪਿੱਛੇ ਲੰਘ ਚੁੱਕੀ ਹੈ ਠੀਕ ਹੈ ਕੱਤਕ ਦਾ ਮਹੀਨਾ ਹੁਣ ਸਰਾਦ ਖਤਮ ਹੋਣ ਤੋਂ ਬਾਅਦ ਨੁਰਾਤੇ ਆਉਂਦੇ ਹਨ ਇਹ ਨਿੱਕੇ ਨਿੱਕੇ ਪੁਆਇੰਟ ਤੁਹਾਨੂੰ ਯਾਦ ਹੋਣੇ ਚਾਹੀਦੇ ਹਨ ਆਪਣੇ ਪੰਜਾਬ ਨਾਲ ਰਿਲੇਟਡ ਹਨ ਜਨਮ ਅਸ਼ਟਮੀ ਜਿਹੜੀ ਹੈ ਤਾਂ ਇਹਦਾ ਤਿਉਹਾਰ ਕਿਹੜੇ ਮਹੀਨੇ ਹੁੰਦਾ ਜਨਮ ਅਸ਼ਟਮੀ ਤਾਂ ਇਹਦਾ ਤੁਸੀਂ ਆਨਸਰ ਟਿੱਕਰ ਕਰਕੇ ਆਉਣਾ ਹੈ ਜਨਮ ਅਸ਼ਟਮੀ ਮਨਾਇ ਜਾਂਦੀ ਹੈ ਪਾਦੋਂ ਦੇ ਵਿੱਚ ਠੀਕ ਹੈ ਪਾਦੋਂ ਦੇ ਵਿੱਚ ਮਨਾਈ ਜਾਂਦੀ ਹੈ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ A ਪਾਦੋਂ ਨੈਕਸਟ ਪੰਜਾਬ ਵਿੱਚ ਨਵਾਂ ਸੰਮਤ ਕਦੋਂ ਮਨਾਇ ਜਾਂਦਾ ਹੈ ਠੀਕ ਹੈ ਨਵਾਂ ਸੰਮਤ ਜਨਮਾ ਜਣਾ ਮਹੀਨਾ ਕਦੋਂ ਹੁੰਦਾ ਹੈ ਆਨਸਰ ਟਿੱਕਰ ਕਰਨਾ ਹੈ ਚੇਤ ਠੀਕ ਹੈ ਚੇਤ ਪੰਜਾਬ ਦੇ ਵਿੱਚ ਨਵਾਂ ਸੰਮਤ ਮਨਾਇ ਜਾਂਦਾ ਹੈ ਚੇਤ ਦੇ ਵਿੱਚ ਏ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਏ ਨੈਕਸਟ ਆਪਾਂ ਦੇਖਦੇ ਹਾਂ ਕੁਐਸਚਨ ਹਾਂਜੀ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲਾ ਕਿੱਥੇ ਲੱਗਦਾ ਹੈ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲਾ ਤਾਂ ਇਹਦਾ ਤੁਸੀਂ ਆਨਸਰ ਟਿਕ ਕਰਕੇ ਆਉਣਾ ਹੈ ਲੁਧਿਆਣਾ ਠੀਕ ਹੈ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਜਿਹੜਾ ਮੇਲਾ ਹੈ ਇਹ ਲੱਗਦਾ ਲੁਧਿਆਣੇ ਦੇ ਵਿੱਚ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਇਗਜ਼ਾਮ 'ਚ ਕੋਰ ਕੁਐਸਚਨ ਪੁੱਛ ਲਿਆ ਜਾ ਸਕਦਾ ਤੁਹਾਡੇ ਕੋਲ ਕਿਸਾਨ ਮੇਲਾ ਕਿਸਾਨ ਮੇਲਾ ਕਿੱਥੇ ਲੱਗਦਾ ਹੈ ਉਹ ਵੀ ਲੁਧਿਆਣੇ ਦੇ ਵਿੱਚੋਂ ਪੰਜਾਬ ਜਿਹੜੀ ਐਗਰੀਕਲਚਰ ਯੂਨੀਵਰਸਿਟੀ ਹੈ ਆਪਣੇ ਪੰਜਾਬ ਦੀ ਲੁਧਿਆਣੇ ਵਿੱਚ ਹੈ ਤਾਂ ਉਹਦੇ ਵਿੱਚ ਲੱਗਦਾ ਹੈ ਕਿਸਾਨ ਮੇਲਾ ਤਾਂ ਇਸ ਪੁਆਇੰਟ ਨੂੰ ਵੀ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਣਾ ਹੈ ਨੈਕਸਟ ਆਪਾਂ ਕੁਐਸਚਨ ਦੇਖ ਲੈਂਦੇ ਹਾਂ ਹਾਂਜੀ ਹੋਲੇ ਮਹੱਲੇ ਦਾ ਮੇਲਾ ਆਉਂਦਾ ਹੈ ਠੀਕ ਹੈ ਹੋਲੇ ਮਹੱਲੇ ਦਾ ਤਿਉਹਾਰ ਜਾਂ ਮੇਲਾ ਕਦੋਂ ਮਨਾਇਆ ਜਾਂਦਾ ਹੈ ਇਹ ਆਪਣੇ ਕੋਲ ਕੁਐਸਚਨ ਪੁੱਛਿਆ ਗਿਆ ਤਾਂ ਐਦਾਂ ਹੀ ਕੁਐਸਚਨ ਐਗਜ਼ਾਮ 'ਚ ਆਉਂਦਾ ਹੈ ਤਾਂ ਆਨਸਰ ਤੁਸੀਂ ਟਿੱਕ ਕਰਕੇ ਆਉਣਾ ਹੈ অপশন নাম্বার এ মানে কি হোলি ਤੋਂ ਅਗਲੇ ਦਿਨ ਹੋਲੇ ਮਹੱਲੇ ਦਾ ਮੇਲਾ ਹੁੰਦਾ ਹੈ 1700 ਈਸਵੀ ਨੂੰ ਹੋਲੇ ਮਹੱਲੇ ਦੀ ਸ਼ੁਰੂਆਤ ਹੁੰਦੀ ਹੈ ਕਦੋਂ 1700 ਈਸਵੀ ਦਾ 1701 ਵੀ ਆਪ ਤੇ অপਸ਼ਨ ਚ ਹੋ ਸਕਦਾ ਹੈ ਠੀਕ ਹੈ 1700 ਜਾਂ 1701 ਕਿਉਂਕਿ 1699 ਨੂੰ ਖਾਲਸਾ ਪੰਥ ਦੀ ਸਿਰਜਣਾ ਕੀਤੀ ਜਾਂਦੀ ਹੈ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇਹ ਗੱਲ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤਾਂ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਤਾਂ ਇਸ ਵਾਈਰ ਨੂੰ ਤੁਸੀਂ ਤਾਂ ਵਿੱਚ ਰੱਖਣਾ ਆਪਸ਼ਨ ਏ ਬਿਲਕੁਲ ਸਹੀ ਆਸਰ ਬਣੇਗਾ ਹੋਲੇ ਮਹਲੇ ਦਾ ਜਿਹੜਾ ਮੇਲਾ ਚੇਤ ਮਹੀਨੇ ਲੱਗਦਾ ਠੀਕ ਹੈ ਹੋਲੇ ਮਹਲੇ ਦਾ ਮੇਲਾ ਅਨੰਦਪੁਰ ਸਾਹਿਬ ਵਿੱਚ ਲੱਗਦਾ ਹੈ ਹੋਲੇ ਮੱਲੇ ਦੀ ਸ਼ੁਰੂਆਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਸੋ ਜਿੰਨੇ ਵੀ ਇੱਥੇ ਪੁਆਇੰਟ ਮਾਰਕਸ਼ਨ ਕੀਤੇ ਹੋਣ ਸਾਰਿਆਂ ਨੂੰ ਤੁਸੀਂ ਨੋਟ ਜ਼ਰੂਰ ਕਰ ਲੈਣਾ ਨੈਕਸਟ ਆਪਾਂ ਕੁਐਸਚਨ ਦੇਖਦੇ ਹਾਂ ਸ੍ਰੀ ਮੁਕਸਰ ਸਾਹਿਬ ਦਾ ਮੇਲਾ ਕਿਹੜੇ ਗੁਰੂ ਨਾਲ ਸੰਬੰਧਿਤ ਹੈ ਤਾਂ ਇਹਦਾ ਆਨਸਰ ਵੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਆਨਸਰ ਬਣੇਗਾ ਆਪਸ਼ਨ ਨੰਬਰ ਏ ਯਾਨੀ ਕਿ ਦਸਵੇਂ ਡੇਰਾ ਮੇਲਾ ਲੱਗਦਾ ਹੈ ਸ੍ਰੀ ਮੁਕਸਾ ਸਾਹਿਬ ਵਿਖੇ ਮੰਗੀ ਦਾ ਮੇਲਾ ਇਹ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਹੈ ਇਹ ਬਿਲਕੁਲ ਸਹੀ ਆਨਸਰ ਬਣ ਜਾਵੇਗਾ ਨੈਕਸਟ ਪੱਛਮੀ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਡੇਰਾ ਸਾਹਿਬ ਦਾ ਮੇਲਾ ਲੱਗਦਾ ਹੈ ਆ ਕੁਸ਼ਨ ਆਉਣ ਦੀ ਪੋਸੀਬਿਲਟੀ ਬਹੁਤ ਜ਼ਿਆਦਾ ਰਹਿੰਦੀ ਹੈ ਇਗਜ਼ਾਮ ਦੇ ਵਿੱਚ ਇੱਥੇ ਗੱਲ ਕੀਤੀ ਜਾ ਰਹੀ ਹੈ ਪਾਕਿਸਤਾਨ ਦੀ ਕونکی ਪੱਛਮੀ ਪੰਜਾਬ ਪਾਕਿਸਤਾਨ ਦੀ ਗੱਲ ਕੀਤੀ ਜਾ ਰਹੀ ਹੈ ਆਨਸਰ ਟਿਕਰ ਕਾਉਣਾ ਹੈ ਲਾਹੌਰ ਠੀਕ ਹੈ ਡੇਰਾ ਸਾਹਿਬ ਦਾ ਜਿਹੜਾ ਮੇਲਾ ਹੈ ਇਹ ਲੱਗਦਾ ਹੈ ਲਾਹੌਰ ਦੇ ਵਿੱਚ ਇਹ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਪਰ ਇਹ ਲਾਹੌਰ ਨੈਕਸਟ ਸਖੀ ਸਰਵਰ ਦਾ ਜਿਹੜਾ ਮੇਲਾ ਹੈ ਇਹ ਕਿਹੜੇ ਸ਼ਹਿਰ ਵਿੱਚ ਲੱਗਦਾ ਹੈ ਸਖੀ ਸਰਵਰ ਦਾ ਮੇਲਾ ਤਾਂ ਸਖੀ ਸਰਵਰ ਦਾ ਜਿਹੜਾ ਮੇਲਾ ਹੈ ਇਹ ਲੱਗਦਾ ਹੈ ਮਲੇਰ ਕੋਟਲੇ ਦੇ ਵਿੱਚ ਬੀ ਬਿਲਕੁਲ ਸਹੀ ਆਨਸਰ ਬਣੇਗਾ ਮਲੇਰ ਕੋਟਲੇ ਦੇ ਵਿੱਚ ਸਖੀ ਸਰਵਰ ਦਾ ਮੇਲਾ ਲੱਗਦਾ ਹੈ ਇੱਕ ਗੱਲ ਤੁਹਾਨੂੰ ਹੋਰ ਪਤਾ ਹੋਣੀ ਚਾਹੀਦਾ ਹੈ ਪੰਜਾਬ ਦਾ ਜਿਹੜਾ 23ਵਾਂ ਡਿਸਟ੍ਰਿਕਟ ਹੈ 23ਵਾਂ ਉਹ ਕਿਹੜਾ ਹੈ ਉਹ ਹੈ ਮਲੇਰਕੋਟਲਾ ਠੀਕ ਹੈ 14 ਮਈ 2021 ਨੂੰ ਇਹ ਜ਼ਿਲ੍ਹਾ ਬਣਾਇਆ ਗਿਆ ਸੀ ਕਦੋਂ 14 ਮਈ 2021 ਨੂੰ ਡੇਟ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਐਂਡ ਕਿਹੜੇ ਤਿਉਹਾਰ ਦੇ ਮੌਕੇ ਬਣਾਇਆ ਗਿਆ ਸੀਗਾ Eid ਤਿਉਹਾਰ ਦੇ ਮੌਕੇ ਬਣਾਇਆ ਗਿਆ ਸੀਗਾ ਇਸ ਪੁਆਇੰਟ ਨੂੰ ਵੀ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਣਾ ਹੈ ਮਲੇਰਕੋਟਲਾ ਆਪਣਾ ਪੰਜਾਬ ਦਾ ਇੱਕੋ ਇੱਕ ਡਿਸਟ੍ਰਿਕਟ ਹੈ ਜਿੱਥੋਂ ਦੀ ਮੁਸਲਿਮबादी ਸਭ ਤੋਂ ਵੱਧ ਹੈ ਉਹ ਹੈ ਮਲੇਰਕੋਟਲਾ ਤਾਂ ਇੱਥੇ ਵੀ ਬੀ ਬਿਲਕੁਲ ਸਹੀ ਆਨਸਰ ਬਣ ਜਾਵੇਗਾ ਆਪਸ਼ਨ ਨੰਬਰ ਬੀ ਇਸ ਮੇਲੇ ਨੂੰ ਨਿਕਾਹ ਦਾ ਮੇਲਾ ਵੀ ਕਿਹਾ ਜਾਂਦਾ ਹੈ ਐਂਡ ਨਨਕਾਣਾ ਸਾਹਿਬ ਅਤੇ ਡੇਹਰਾ ਸਾਹਿਬ ਦਾ ਮੇਲਾ ਪਾਕਿਸਤਾਨ ਦੇ ਵਿੱਚ ਲੱਗਦਾ ਹੈ ਨਨਕਾਣਾ ਸਾਹਿਬ ਦਾ ਮੇਲਾ ਕੱਤਕ ਦੀ ਪੂਰਨਵਾਸੀ ਨੂੰ ਲੱਗਦਾ ਹੈ ਇੱਥੇ ਹੋਵੇਗਾ ਪੂਰਨਵਾਸੀ ਥੋੜੀ ਮਿਸਟੇਕ ਹੈ ਟਾਈਪਿੰਗ ਮਿਸਟੇਕ ਸੋ ਤੁਸੀਂ ਨੋਟ ਕਰ ਲੈਣਾ ਹੈ ਨੈਕਸਟ ਆਪ ਦੇਖਦੇ ਹਾਂ ਸੋਫੀ ਫਕੀਰ ਅਬਦੁੱਲ ਤਾਦਰ ਜਿਲਾਨੀ ਦੀ ਯਾਦ ਵਿੱਚ ਕਿਹੜਾ ਮੇਲਾ ਲੱਗਦਾ ਹੈ ਚਰਗ ਦਾ ਮੇਲਾ ਜਗਰਾਵਾਂ ਦੀ ਰੋਸ਼ਨੀ ਦਾ ਮੇਲਾ ਸ਼ਪਾਰ ਦਾ ਮੇਲਾ ਜਾਂ ਨਿਕਾਹਾ ਦਾ ਮੇਲਾ ਨੈਕਸਟ ਦੇਖਦੇ ਹਾਂ ਕਿਹੜੇ ਮੇਲੇ ਨੂੰ ਬਿਹੜੀਏ ਦਾ ਮੇਲਾ ਵੀ ਕਿਹਾ ਜਾਂਦਾ ਹੈ ਤਾਂ ਜਿਹੜਾ ਆਪਣੇ ਕੋਲ ਜਰਗ ਦਾ ਮੇਲਾ ਠੀਕ ਹੈ ਜਰਗ ਦਾ ਮੇਲਾ ਤਾਂ ਜਰਗ ਦੇ ਮੇਲੇ ਨੂੰ ਬਿਹੜੀਏ ਦੇ ਮੇਲਾ ਵੀ ਕਿਹਾ ਜਾਂਦਾ ਹੈ ਤਾਂ ਇਹ ਬਿਲਕੁਲ ਸਹੀ ਆਨਸਰ ਬਣੇ ਚੋਵੇਗਾ ਆਪਸ਼ਨ ਨੰਬਰ A ਚਰਗ ਦਾ ਮੇਲਾ ਨੈਕਸਟ ਪੰਗੜੇ ਦਾ ਪ੍ਰਮੁੱਖ ਸਾਜ਼ ਕਿਹੜਾ ਹੁੰਦਾ ਹੈ ਪੰਗੜੇ ਦਾ ਤੁਹਾਨੂੰ ਪਤਾ ਹੋਵੇਗਾ ਪੰਜਾਬ ਦਾ ਸਭ ਤੋਂ ਪ੍ਰਸਿੱਧ ਲੋਕ ਨਾਚ ਕਿਹੜਾ ਹੈ ਤੁਸੀਂ ਆਨਸਰ ਟਿਕ ਕਰਕੇ ਆਉਣਾ ਹੈ ਪੰਗੜਾ ਤਾਂ ਪੰਗੜੇ ਦਾ ਪ੍ਰਮੁੱਖ ਜਿਹੜਾ ਸੰਗੀਤ ਸਾਜ਼ ਹੈ ਉਹ ਹੈ ਟੋਲ ਠੀਕ ਹੈ ਟੋਲ ਡੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਡੀ ਨੈਕਸਟ ਆਪਾਂ ਮੂਵ ਕਰਦੇ ਹਾਂ ਇਹ ਲਿਖਿਆਂ ਦੇ ਵਿੱਚੋਂ ਕਿਹੜਾ ਲੋਕਨਾਚ ਇੱਕ ਖੇਡ ਵੀ ਹੈ ਇੱਕ ਲੋਕਨਾਚ ਵੀ ਹੈ ਐਂਡ ਇੱਕ ਖੇਡ ਵੀ ਹੈ ਤਾਂ ਆਨਸਰ ਟਿੱਕਰ ਕਰਕਾਉਣਾ ਹੈ ਕਿਕਲੀ ਕਿਕਲੀ ਤੁਹਾਨੂੰ ਪਤਾ ਹੋਵੇਗਾ ਬੱਚਿਆਂ ਦੀ ਇੱਕ ਖੇਡ ਹੈ ਤਾਂ ਇਹ ਇੱਕ ਲੋਕਨਾਚ ਵੀ ਹੈ ਟਿਕਲੀ ਤਾਂ ਸੀ ਇੱਥੇ ਬਿਲਕੁਲ ਸਹੀ ਆਨਸਰ ਬਣ ਚੋਵੇਗਾ ਆਪਸ਼ਨ ਨੰਬਰ ਸੀ ਜਿੱਤ ਦੀ ਖੁਸ਼ੀ ਵਿੱਚ ਕਿਹੜਾ ਨਾਚ ਕੀਤਾ ਜਾਂਦਾ ਜਿੱਤ ਦੀ ਖੁਸ਼ੀ ਵਿੱਚ ਤਾਂ ਫਿਰ ਤੁਸੀਂ ਆਨਸਰ ਟਿੱਕਰ ਕਰਕਾਉਣਾ ਹੈ ਲੁੱਡੀ ਠੀਕ ਹੈ ਲੁੱਡੀ ਲੁੱਟੀ ਜਿਹੜਾ ਨਾਚ ਹੈ ਇਹ ਜਿੱਤ ਦੀ ਖੁਸ਼ੀ ਵਿੱਚ ਕੀਤਾ ਜਾਂਦਾ ਹੈ ਇਸ ਪੁਆਇੰਟ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਨੈਕਸਟ ਸੱਗੀ ਫੁੱਲ ਗਹਿਣਾ ਕਿੱਥੇ ਪਹਿਨਿਆ ਜਾਂਦਾ ਹੈ ਸੱਗੀ ਫੁੱਲ ਗਹਿਣਾ ਇਗਜ਼ਾਮ 'ਚ ਇੱਕ ਹੋਰ ਕੁਐਸਚਨ ਬਣਦਾ ਬਣਦਾ ਸੱਗੀ ਫੁੱਲ ਕੀ ਹੈ ਤਾਂ ਤੁਸੀਂ ਆਨਸਰ ਟਿੱਕ ਕਰਕੇ ਆਉਣਾ ਹੈ ਇਹ ਇੱਕ ਗਹਿਣੇ ਦਾ ਨਾਮ ਹੈ ਤਾਂ ਸੱਗੀ ਫੁੱਲ ਜਿਹੜਾ ਗਹਿਣਾ ਹੈ ਸਿਰ ਦਾ ਗਹਿਣਾ ਹੈ ਏਡ ਇਸਤਰੀਆਂ ਪਹਿਨਦੀਆਂ ਹਨ ਇਹ ਬਿਲਕੁਲ ਸਹੀ ਆਨਸਰ ਬਣੇਗਾ ਸਿਰ ਦਾ ਗਹਿਣਾ ਨੈਕਸਟ ਆਪਾਂ ਦੇਖਦੇ ਹਾਂ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਨਾਚ ਤਾਲੀ ਨਾਚ ਹੈ ਗਿੱਧਾ ਝੂਮਰ ਸੰਮੀ ਜਾਂ ਲੁੱਡੀ ਤਾਂ ਇਹਨਾਂ ਵਿੱਚ ਜਿਹੜਾ ਤਾਲੀ ਨਾਚ ਹੈ ਉਹ ਹੈ ਆਪਣੇ ਕੋਲੋਂ ਗਿੱਧਾ ਸਹੀ ਆਨਸਰ ਆਪਣੇ ਦਾ ਗਿੱਧਾ ਇੱਕ ਤਾਲੀ ਨਾਚ ਹੈ ਇਹ ਇੱਥੇ கரੈਕਟ ਆਨਸਰ ਬਣ ਚੁੱਕਾ ਆਪਸ਼ਨ ਨੰਬਰ ਏ ਨੀਚੇ ਆਨਸਰ ਗਲਤ ਮੈਂਸ਼ਨ ਕੀਤਾ ਹੋਇਆ ਜਿੱਤ ਦਾ ਜਿਹੜਾ ਨਾਚ ਹੈ ਉਹ ਹੁੰਦਾ ਆਪਣੇ ਕੋਲ ਲੁੱਡੀ ਠੀਕ ਹੈ ਟੋਲਾ ਲੋਕ ਜਿਹੜਾ ਟੋਲਾ ਲੋਕ ਗੀਤ ਹੈ ਇਹ ਸੰਤਲ ਬਾਰਦਾ ਪ੍ਰਸਿੱਧ ਮੰਨਿਆ ਜਾਂਦਾ ਹੈ ਕਿੱਥੋਂ ਦਾ ਟੋਲਾ ਲੋਕੀਤ ਸੰਤਲ ਬਾਰਦਾ ਪ੍ਰਸਿੱਧ ਮੰਨਿਆ ਜਾਂਦਾ ਹੈ ਇਸ ਪੁਆਇੰਟ ਨੂੰ ਵੀ ਤੁਸੀਂ ਧਿਆਨ ਵਿੱਚ ਰੱਖਣਾ ਹੈ ਨੈਕਸਟ ਸਾਵਣ ਦੇ ਵਿੱਚ ਪੂਰਨਮਾਸ਼ੀ ਨੂੰ ਕਿਹੜਾ ਤਿਉਹਾਰ ਮਨਾਇਆ ਜਾਂਦਾ ਹੈ ਸਾਵਣ ਦੇ ਵਿੱਚ ਤਾਂ ਸਾਵਣ ਦੇ ਵਿੱਚ ਪੂਰਨਮਾਸ਼ੀ ਨੂੰ ਜਿਹੜਾ ਤਿਉਹਾਰ ਮਨਾਇਆ ਜਾਂਦਾ ਹੈ ਉਹ ਮਨਾਇਆ ਜਾਂਦਾ ਰਖੜੀ ਇਹ ਬਿਲਕੁਲ ਸਹੀ ਆਨਸਰ ਬਣੇਗਾ ਰਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਹ ਇੱਥੇ ਕਰੈਕਟ ਆਨਸਰ ਬਣ ਚੁਕੇਗਾ ਨੈਕਸਟ ਇਹ ਲਿਖਾਂ ਵਿੱਚੋਂ ਕਿਹੜੇ ਨਾਚ ਨੂੰ ਵਿਸਾਖੀ ਨਾਚ ਵੀ ਕਿਆ ਚੰਦਾ ਹੈ ਤਾਂ ਤੁਹਾਨੂੰ ਪਤਾ ਹੋਵੇਗਾ ਜਦੋਂ ਕਣਕ ਦੀ ਵਾਢੀ ਹੁੰਦੀ ਹੈ ਵਿਸਾਖ ਮੰਤ ਦੇ ਵਿੱਚ ਤਾਂ ਉਸ ਨਾਲ ਪ੍ਰਸਿੱਧ ਕਿਹੜਾ ਨਾਚ ਹੈ ਤਾਂ ਪੰਗੜਾ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਪੰਗੜਾ ਠੀਕ ਹੈ ਵਿਸਾਖੀ ਨਾਚ ਕਿਸ ਨੂੰ ਕਹਾ ਜਾਂਦਾ ਹੈ ਉਹ ਕਹਾ ਜਾਂਦਾ ਹੈ ਪੰਗੜੇ ਨੂੰ ਸੀ ਬਿਲਕੁਲ ਸਹੀ ਆਨਸਰ ਬਣ ਜਾਵੇਗਾ ਆਪਸ਼ਨ ਨੰਬਰ ਸੀ ਨੈਕਸਟ ਬਲੋਚਾਂ ਦਾ ਨਾਚ ਕਿਸ ਨੂੰ ਕਹਾ ਜਾਂਦਾ ਹੈ ਬਲੋਚਾਂ ਦਾ ਨਾਚ ਬਲੋਚਾਂ ਦਾ ਨਾਚ ਕਿਹਾ ਜਾਂਦਾ ਹੈ অপশন ਨੰਬਰ ਇਹਨਾਂ ਕੀ ਚੋਮਰ ਚੋਮਰ ਜਿਹੜਾ ਨਾਚ ਹੈ ਇਸ ਨੂੰ ਬਲੋਚਾਂ ਦਾ ਨਾਚ ਵੀ ਕਿਹਾ ਜਾਂਦਾ ਹੈ ਇਹ ਇੱਥੇ கரੈਕਟ ਆਨਸਰ ਬਣ ਜਾਵੇਗਾ ਨੈਕਸਟ ਆਪਾਂ ਦੇਖਦੇ ਹਾਂ ਚੋਮਰ ਨਾਚ ਵੀ ਜਿਹੜਾ ਹੈ ਇਹ ਸੰਤਲ ਬਾਰ ਦਾ ਪ੍ਰਸਿੱਧ ਮੰਨਿਆ ਜਾਂਦਾ ਹੈ ਜਾਂ ਇਹਦੀ ਸ਼ੁਰੂਆਤ ਸੰਤਲ ਬਾਰ ਤੋਂ ਹੁੰਦੀ ਹੈ ਸੰਮੀ ਨਾਚ ਦਾ ਸਬੰਧ ਵੀ ਸੰਤਲ ਬਾਰ ਇਲਾਕੇ ਨਾਲ ਹੈ ਸੋ ਇਹਨਾਂ ਗੱਲਾਂ ਨੂੰ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ ਜਿਹੜਾ ਪੰਗੜਾ ਨਾਚ ਹੈ ਕਿੱਥੋਂ ਦਾ ਪ੍ਰਸਿੱਧ ਮੰਨਿਆ ਜਾਂਦਾ ਹੈ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਹੈ ਠੀਕ ਹੈ ਪੰਗੜਾ ਬਾਬਿਆਂ ਦਾ ਗਿੱਧਾ ਕਿੱਥੋਂ ਦਾ ਮਸ਼ਹੂਰ ਹੈ ਬਾਬਿਆਂ ਦਾ ਗਿੱਧਾ ਦੁਆਬਾ ਪੁਆਦ ਮਾਲਵਾ ਚਾ ਮਾਚਾ ਤਾਂ ਬਾਬਿਆਂ ਦਾ ਜਿਹੜਾ ਗਿੱਧਾ ਹੈ ਇਹ ਮਸ਼ਹੂਰ ਹੈ ਮਾਲਵੇ ਦਾ ਸੀ ਬਿਲਕੁਲ ਸਹੀ ਆਨਸਰ ਬਣੇਗਾ ਆਪਸ਼ਨ ਨੰਬਰ ਸੀ ਮਾਲਵੇ ਦਾ ਗਿੱਧਾ ਮਸ਼ਹੂਰ ਹੈ ਬਾਬਿਆਂ ਦਾ ਗਿੱਧਾ ਠੀਕ ਹੈ ਇੱਕ ਗੱਲ ਤੁਸੀਂ ਹੋਰ ਧਿਆਨ ਵਿੱਚ ਰੱਖਣੀ ਹੈ ਕਿ ਬਾਬਿਆਂ ਦਾ ਜਿਹੜਾ ਗਿੱਧਾ ਹੈ ਜ਼ਿਲ੍ਹਾ ਸੰਗਰੂਰ ਦੇ ਨਾਲ ਸੰਬੰਧਿਤ ਹੈ ਕਿਹੜੇ ਡਿਸਟ੍ਰਿਕਟ ਦੇ ਨਾਲ ਸੰਬੰਧਿਤ ਹੈ ਇਹ ਹੈ ਜ਼ਿਲ੍ਹਾ ਸੰਗਰੂਰ ਦੇ ਨਾਲ ਨੈਕਸਟ ਕਾਂ ਦਾ ਬਨੇਰੇ ਉੱਤੇ ਬੋਲਣਾ ਕਿਸ ਦਾ ਪ੍ਰਤੀਕ ਹੁੰਦਾ ਹੈ ਕਾਂ ਦਾ ਬਨੇਰੇ ਉੱਤੇ ਬੋਲਣਾ ਇਹ ਕੁਝ ਲੋਕ ਵਿਸ਼ਵਾਸਾਂ ਨਾਲ ਰਿਲੇਟਡ ਕੁਐਸਚਨ ਹਨ ਇਹਨਾਂ ਨੂੰ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ ਆਨਸਰ ਬਣੇਗਾ ਆਪਸ਼ਨ ਨੰਬਰ ਆਪਣੇ ਕੋਲ ਸੀ ਯਾਨੀ ਕਿ ਕਾਰ ਵਿੱਚ ਮਹਿਮਾਨ ਦਾ ਆਉਣਾ ਜਦੋਂ ਕਾਂ ਬਨੇਰੇ ਉੱਤੇ ਬੋਲਦਾ ਹੈ ਠੀਕ ਹੈ ਤਾਂ ਇਹ ਕਿਸ ਤਰ੍ਹਾਂ ਸੰਕੇਤ ਮੰਨਿਆ ਜਾਂਦਾ ਹੈ ਕਿ ਕੋਈ ਕਾਰ ਵਿੱਚ ਮਹਿਮਾਨ ਆਉਣ ਵਾਲਾ ਹੈ ਇਸ ਦਾ ਸੰਕੇਤ ਮੰਨਿਆ ਜਾਂਦਾ ਹੈ ਤਾਂ ਸੀ ਇੱਥੇ ਬਿਲਕੁਲ ਸਹੀ ਆਨਸਰ ਬਣ ਜਾਵੇਗਾ ਆਪਸ਼ਨ ਨੰਬਰ ਸੀ ਠੀਕ ਹੈ ਨੈਕਸਟ ਆਪਾਂ ਕੁਐਸਚਨ ਦੇਖ ਲੈਂਦੇ ਆ ਵੀਡੀਓ ਦਾ ਲਾਸਟ ਕੁਐਸਚਨ ਲੋਨ ਡੁਲਣਾ ਕਿਸ ਦਾ ਕਿਸ ਗੱਲ ਦਾ ਸੰਕੇਤ ਦਿੰਦਾ ਹੈ ਹਾਂਜੀ ਲੋਨ ਡੁਲਣਾ ਇਹ ਗੱਲ ਇਹ ਕਿਸ ਗੱਲ ਦਾ ਸੰਕੇਤ ਦਿੰਦਾ ਹੈ ਤਾਂ ਆਨਸਰ ਬਣੇਗਾ ਬਦਸ਼ਕਣੀ ਦਾ ਬੀ ਬਿਲਕੁਲ ਸਹੀ ਆਨਸਰ ਬਣੇਗਾ ਬਦ ਸ਼ੰਗੜੀ ਦਾ ਠੀਕ ਹੈ ਬੀ ਇੱਥੇ ਬਿਲਕੁਲ ਸਹੀ ਆਨਸਰ ਬਣ ਜਾਵੇਗਾ ਇਸ ਤੋਂ ਇਲਾਵਾ ਇੱਕ ਹੋਰ ਲੋਕ ਵਿਸ਼ਵਾਸ ਹੈ ਰਾਤ ਨੂੰ ਕੁੱਤਿਆਂ ਦਾ ਰੋਣਾ ਠੀਕ ਹੈ ਰਾਤ ਨੂੰ ਕੁੱਤਿਆਂ ਦਾ ਰੋਣਾ ਕਿਸ ਤਾ ਸੰਕੇਤ ਮੰਨਿਆ ਜਾਂਦਾ ਹੈ ਕਿ ਕਿਸੇ ਦੀ ਆ ਜਿਹੜੀ ਆ ਮੌਤ ਆਉਣ ਵਾਲੀ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਠੀਕ ਹੈ ਤਾਂ ਵੀ ਇੱਥੇ ਬਿਲਕੁਲ ਸਹੀ ਆਨਸਰ ਬਣੇਗਾ ਇਹ ਸਾਰੇ ਲੋਕ ਵਿਸ਼ਵਾਸਨ ਤਾਂ ਵੀ ਇੱਥੇ கரੈਕਟ ਆਨਸਰ ਬਣੇਗਾ ਬਦ ਸ਼ਕਨੀ ਦਾ ਨੈਕਸਟ ਆਪਾਂ ਦੇਖਦੇ ਹਾਂ ਕਿਹੜੇ ਦਿਨ ਸਿਰ ਤੋਣਾ ਮਨਾ ਮੰਨਿਆ ਜਾਂਦਾ ਹੈ ਤਾਂ ਆਨਸਰ ਬਣੇਗਾ ਵੀਰਵਾਰ ਵੀਰਵਾਰ ਨੂੰ ਕੱਪੜੇ ਤੋਣਾ ਵੀ ਮਨਾ ਮੰਨਿਆ ਜਾਂਦਾ ਹੈ ਠੀਕ ਹੈ ਮਨਾ ਹੀ ਕੀਤੀ ਜਾਂਦੀ ਹੈ ਵੀਰਵਾਰ ਕੱਪੜੇ ਤੋਣਾ ਜੁੱਤੀ ਪੁੱਠੀ ਹੋਣਾ ਕਿਸ ਦਾ ਸੰਕੇਤ ਦਿੰਦਾ ਹੈ ਤੇ ਇਹ ਆਨਸਰ ਬਣੇਗਾ ਸਫਰ ਤੇ ਜਾਣ ਦਾ ਯਾਨੀ ਕਿ ਤੁਹਾਨੂੰ ਪੰਦ ਪੈ ਸਕਦਾ ਹੈ ਅਕਸਰੀ ਘਰਾਂ ਵਿੱਚ ਕਿਹਾ ਜਾਂਦਾ ਜੇਕਰ ਆਪਣੀ ਜੁੱਤੀ ਵਗੈਰਾ ਜਾਂ ਆਪਣੀ ਚੱਪਲ ਵਗੈਰਾ ਪੁੱਠੀ ਹੁੰਦੀ ਹੈ ਤਾਂ ਉਸ ਨੂੰ ਸਿੱਧੀ ਕਰ ਦੇਣਾ ਚਾਹੀਦਾ ਕਿਉਂਕਿ ਕਹਿੰਦੇ ਆ ਵਿਸ਼ਵਾਸ ਲੋਕ ਵਿਸ਼ਵਾਸ ਮੰਨਿਆ ਜਾਂਦਾ ਹੈ ਕਿ ਸਫਰ ਤੇ ਜਾਣ ਦਾ ਇਹ ਸੰਕੇਤ ਹੁੰਦਾ ਹੈ ਜਾਂ ਤੁਹਾਨੂੰ ਪੰਦ ਪੈ ਸਕਦਾ ਠੀਕ ਹੈ ਪ੍ਰਾਤ ਵਿੱਚ ਉਹ ਅਚਾਨਕ ਆਟਾ ਫੁੜਕਣਾ ਕਿਸ ਦਾ ਸੰਕੇਤ ਦਿੰਦਾ ਹੈ ਇਹ ਦਿੰਦਾ ਪਰੌਣੇ ਦਾ ਆਉਣ ਦਾ ਠੀਕ ਹੈ ਪਰੌਣੇ ਦਾ ਆਉਣ ਦਾ ਜਾਂ ਮੈਂ ਮੰਨਦਾ ਹਾਂ ਉਹਦਾ ਪਸ਼ੂ ਨੂੰ ਨਜ਼ਰ ਤੋਂ ਬਚਾਉਣ ਲਈ ਕਿਸਤੀ ਤੂਣੀ ਦਿੱਤੀ ਜਾਂਦੀ ਹੈ ਗੁਗਲ ਤੇ ਮਿਰਚਾਂ ਦੀ ਪਸ਼ੂ ਨੂੰ ਨਜ਼ਰ ਤੋਂ ਬਚਾਉਣ ਲਈ ਤੂਣੀ ਦਿੱਤੀ ਜਾਂਦੀ ਹੈ ਇਹ ਕੁਝ ਮਹੱਤਵਪੂਰਨ ਕੁਐਸਚਨਸ ਹਨ ਇਹਨਾਂ ਨੂੰ ਵੀ ਤੁਸੀਂ ਅਨੋਟ ਕਰ ਲੈਣਾ ਹੈ ਠੀਕ ਹੈ ਇੱਕ ਹੋਰ ਕੁਐਸਚਨ ਬਣਦਾ ਹੈ ਜਿਹੜੀ ਫਸਲ ਦੀ ਵਾਢੀ ਹੈ ਲੋਕ ਵਿਸ਼ਵਾਸ ਅਨੁਸਾਰ ਕਿਹੜੇ ਦਿਨ ਕਰਨੀ ਚਾਹੀਦੀ ਹੈ ਤਾਂ ਆਨਸਰ ਟਿਕ ਕਰਕੇ ਆਉਣਾ ਹੈ ਮੰਗਲਵਾਰ ਠੀਕ ਹੈ ਮੰਗਲਵਾਰ ਕਰਨੀ ਚਾਹੀਦੀ ਹੈ ਐਡ ਪਹਾੜਾਂ ਤੇ ਜਾਣਾ ਮਣਾਈ ਹੈ ਕਿਹੜੇ ਦਿਨ ਵਾਰ ਆਨਸਰ ਟਿੱਕ ਕਰਕੇ ਆਉਣਾ ਹੈ ਮੰਗਲਵਾਰ ਇਹਨਾਂ ਗੱਲਾਂ ਨੂੰ ਤੁਸੀਂ ਧਿਆਨ ਵਿੱਚ ਜ਼ਰੂਰ ਰੱਖਣਾ ਹੈ ਐਦਾਂ ਦੇ ਕੁਸ਼ਨ एग्जाम ਚ ਆਉਣ ਦੀ ਪੋਸੀਬਿਲਟੀ ਰਹੇਗੀ ਕਿਉਂਕਿ ਆਉਣ ਵਾਲੇ ਜਿਹੜੇ ਪੰਜਾਬ ਦੇ ਪੇਪਰ ਹੋਣਗੇ ਉਹਨਾਂ ਚ ਐਦਾਂ ਦੇ ਕੁਸ਼ਨ ਪੁੱਛੇ ਜਾ ਸਕਦੇ ਹਨ ਸੋ ਇਸ ਦੇ ਨਾਲ ਹੀ ਅੱਜ ਦੀ ਆਪਣੀ ਇਹ ਵੀਡੀਓ ਇੱਥੇ ਸਮਾਪਤ ਹੁੰਦੀ ਹੈ ਸੋ ਮੀਨ ਕਰਦਾ ਕਿ ਇਹ ਵੀਡੀਓ ਤੁਹਾਨੂੰ ਬਹੁਤ ਹੀ ਜ਼ਿਆਦਾ ਹੈਲਪਫੁੱਲ ਲੱਗੀ ਹੋਵੇਗੀ ਸੋ ਪਲੀਜ਼ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਕੇ ਜਾਣਾ ਐਡ ਜਿਹੜੇ ਵਿਦਿਆਰਥੀਆਂ ਨੇ ਚਾਹਣਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਹੁਣੇ ਹੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਤੇ ਪ੍ਰੈਸ ਕਰਕੇ 올 ਬਟਨ ਤੇ ਵੀ ਜਰੂਰ ਕਲਿੱਕ ਕਰ ਲਵੋ ਤਾਂ ਜੋ ਅੱਗੇ ਆਉਣ ਵਾਲੀਆਂ ਹਰੇਕ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦਾ ਰਹੇ ਇਸ ਤਰ੍ਹਾਂ ਆਪਣਾ ਟੈਲੀਗ੍ਰਾਮ ਚੈਨਲ ਵੀ ਆ ਉੱਥੇ ਤੁਸੀਂ ਵਿਸਿਟ ਕਰੋ ਉੱਥੇ ਤੁਹਾਨੂੰ ਪੀਡੀਐਫ ਵੀ ਪ੍ਰੋਵਾਈਡ ਕਰਾਈਆਂ ਜਾਂਦੀਆਂ ਹਨ ਐਂਡ ਕੁਇਜ਼ ਵੀ ਚਲਾਈ ਜਾਂਦੀਆਂ ਹੁਣੇ ਹੀ ਤੁਸੀਂ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲੈਣਾ ਐਡਜ ਕਰ ਤੁਸੀਂ ਆਪਣੇ ਕੋਲ ਬੈਚ ਵਗੈਰਾ ਲੈਣਾ ਚਾਹੁੰਦੇ ਹੋ ਯਾਨੀ ਕਿ ਨੋਟਸ ਵਗੈਰਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਇਸ ਨੰਬਰ ਤੇ ਕਾਲ ਕਰ ਸਕਦੇ ਹੋ 95173 4454 ਜਾਂ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜਾਂ WhatsApp ਦੇ ਥਰੂ ਤੁਸੀਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਤਾਂ ਨੋਟਸ ਦੀ ਗਾੜੀ ਜਿਹੜੀ ਇਨਫੋਰਮੇਸ਼ਨ ਹੈ ਉਹ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਜਾਵੇਗੀ ਤਾਂ ਹੁਣ ਆਪਾਂ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ